380 ਜੀ 380,000 ਰੁਪਿਆ ਜੀ 380 ਜੀ 380 ਜੀ ਪੂਰਾ 31 ਲੱਖ ਰੁਪਿਆ ਜੀ 31 ਲੱਖ ਰੁਪਿਆ 31 ਲੱਖ ਰੁਪਿਆ ਜੀ 31 ਲੱਖ ਰੁਪਿਆ 19 ਮਾਡਲ ਦੀ ਗੱਡੀ ਆਟੋ ਗੇਅਰ ਵਾਲੀ 31 ਲੱਖ ਰੁਪਿਆ ਜੀ 31 ਲੱਖ ਰੁਪਿਆ ਹੈ ਕੋਈ 31 ਲੱਖ ਤੋਂ ਉੱਤੇ ਦਾ ਜੀ 10,000 ਜੀ 31,10 ਜੀ 31,10 ਜੀ ਦੋ ਪਿਸਟ ਟੱਚ ਦੀ ਆਵਾਜ਼ 31,10 ਜੀ 31,10 ਜੀ 31,10 ਜੀ 31,10 ਜੀ ਦੱਸੋ ਤੁਸੀਂ ਕਿੰਨੇ ਦੀ ਦੇਣੀ ਜੇ 38 ਲੱਖ ਦੀ ਕਹਿੰਦੇ ਜੀ ਗੱਡੀ ਦੇਵਾਂਗਾ ਆਟੋ ਗੇਅਰ ਵਾਲੀ 31 ਦੀ ਕਹਿੰਦੇ ਜੀ ਗੱਡੀ ਦੇ ਦਾਂਗੇ 37 ਲੱਖ ਰੁਪਏ ਚਾਰਜਿੰਗ ਤੇ ਕਰ ਰਿਹਾ ਸੀ ਪੂਰਾ 32 ਲੱਖ ਰੁਪਇਆ 32 ਲੱਖ ਰੁਪਇਆ 19 ਮਾਡਲ ਦੀ ਗੱਡੀ 32 ਲੱਖ ਰੁਪਇਆ ਆਟੋ ਗੇਅਰ ਵਾਲੀ 32 ਲੱਖ ਰੁਪਇਆ 32 ਲੱਖ ਰੁਪਇਆ 32,10 ਜੀ 32,10 ਜੀ ਇਸਲਾਮਾਬਾਦ ਕਾ ਨੰਬਰ ਡਾਕੂਮੈਂਟ ਕਲੀਅਰ ਫਾਇਰ ਵੈਟਰਕ ਕਲੀਅਰ ਪੱਕੀ 19 ਮਾਡਲ ਆਟੋ ਗੇਅਰ ਵਾਲੀ 32,10 ਜੀ 32,10 ਜੀ 32,10 ਜੀ ਜਰਮਨ ਇੰਜਣ ਚੇਸੀ ਚਾਲੂ ਜੀ 32,10 ਜੀ 32,20 ਜੀ 32,20 ਜੀ 32,20 32 ਲੱਖ ਰੁਪਇਆ ਹੈ ਕੋਈ 32 ਤੋਂ ਉੱਤੇ ਦਾ ਜੀ ਬਤਾਓ ਜੀ ਕਿਤਨੇ ਕੀ ਦੇਣੀ ਹੈ ਜਨਰਲ ਫਾਈਨਲ ਬੋਲੋ ਯਾਰ ਦੇ ਅੱਜ ਸਵਾਰਾ ਕਰੋ ਸਟੈਂਡ ਅਪ ਕਰੋ ਸਾਢੇ ਬੱਤੀ ਲੱਖ ਰੁਪਇਆ ਕਿਤੇ ਗਏ ਹੋ ਹਾਂਜੀ
ਬੱਤੀ ਸੱਤਰ ਜੀ ਉੱਨੀ ਮਾਡਲ ਦੀ ਆਟੋ ਗੇਅਰ ਵਾਲੀ ਹਾਂਜੀ ਟਰਾਈ ਪਾਸ ਏਸੀ ਬੱਤੀ ਸੱਤਰ ਜੀ ਦੱਸੋ ਯਾਰ ਕਿੰਨੇ ਦੀ ਦੇਣੀ ਹੈ? 80 ਦੀ ਗੱਡੀ ਦੇਣੀ ਹੈ? ਨਹੀਂ ਭਾਈ। 90 ਦੀ ਗੱਡੀ ਦੇਣੀ ਹੈ? ਪੂਰੇ 33 ਲੱਖ ਦੀ ਗੱਡੀ ਦੇਣੀ ਹੈ? ਨਹੀਂ। 33 ਲੱਖ ਰੁਪਿਆ? ਨਹੀਂ ਭਾਈ। 33 ਲੱਖ ਰੁਪਿਆ? 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 ਹੈ ਕੋਈ 33 ਚੌਥੇ ਦਾ ਜੀ? 33 ਲੱਖ ਰੁਪਿਆ ਤੇ 36 ਲੱਖ ਰੁਪਿਆ? 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 ਹੈ ਕੋਈ 33 ਚੌਥੇ ਦਾ ਜੀ? 33 ਲੱਖ ਰੁਪਿਆ? 33 ਲੱਖ ਰੁਪਿਆ? 33 ਲੱਖ ਰੁਪਿਆ ਤੇ 36 ਲੱਖ ਰੁਪਿਆ? ਤੁਸੀਂ ਜ਼ੋਰ ਹੀ ਇਤਨਾ ਲਵਾ ਛੱਡਦੇ ਹੋ। ਹੈ ਕੋਈ ਆਫਰ ਭਾਈ? ਭਾਈ ਇਹਦਾ ਤੇ ਲੱਗਦਾ ਜ਼ੋਰ ਸਾਡੀ ਤੇ। 19 ਮਾਡਲ ਦੀ ਆਟੋ ਗੇਅਰ ਵਾਲੀ ਏ। ਬੋਲੋ। ਹਾਂਜੀ। ਹੈ ਕੋਈ ਭਜਨ ਆਫਰ? 33 ਲੱਖ ਰੁਪਿਆ ਤੇ 36 ਲੱਖ ਰੁਪਿਆ? ਬੋਲੋ ਜੀ। ਕੋਈ ਨੀ ਆਫਰ ਜੀ 33 ਲੱਖ ਤੋਂ ਉੱਤੇ ਦੀ? 35-15 ਕਰ ਦੇ। ਇੱਕੋ ਵਾਰੀ ਲਾਓ ਭਾਈ ਜੀ, ਇੱਕ ਹੀ ਵਾਰੀ ਲਾ ਜਿਹੜੀ ਛੁਡਾਣੇ ਨਹੀਂ ਯਾਰ ਉਹਦੇ ਦੇ ਬਿਆਨਾਂ ਦੇ। ਕੋਈ ਚੁਣੀਆਂ ਹੋ ਜਾਏਗੀ ਮੁੰਡੇ ਕੋਲ ਬਿਆਨਾਂ ਦੇ। ਸਾਢੇ 33 ਲੱਖ ਦੀ ਗੱਡੀ ਦੇਣੀ ਆ? ਸਾਢੇ 33 ਲੱਖ ਰੁਪਿਆ? ਦੱਸੋ ਦੱਸੋ 33 ਲੱਖ ਰੁਪਿਆ
ਸਾਢੇ 33 ਲੱਖ ਰੁਪਿਆ ਦੇ ਦੋ ਗਾਹਕ ਕੋਈ ਨੀ ਹੈ ਅੱਗੇ 18 ਮਿੰਟ ਕਿੰਨੇ ਦੀ ਵਿਕੀ ਹੈ ਦੇ ਦੋ ਸਾਢੇ 33 ਲੱਖ ਰੁਪਿਆ ਨਹੀਂ ਜੀ ਬੋਲੋ ਫੋਨ ਤੇ ਬਸਾਮ ਫੋਨ ਤੇ ਮੈਨੇ 33.5 ਲਗਾ ਦੀ ਹੈ ਠੀਕ ਹੈ ਕਿੰਨੇ ਦੀ ਦੇ ਦੇਣੀ ਹੈ ਇੱਕ ਮਿੰਟ ਭਾਈ ਲੱਭਦੀ ਹੈ ਉਹਦੀ ਮਾਡਲ ਦੀ 15 ਮਾਡਲ ਦਾ ਰੇਟ ਆਟੋ ਦੇ ਸਾਢੇ 33 ਲੱਖ ਰੁਪਏ ਦੀ ਆਫਰ ਮੌਜੂਦ ਹੈ ਗੱਡੀ ਦੀ ਸਾਢੇ 33 ਲੱਖ ਰੁਪਿਆ ਸਾਢੇ 33 ਲੱਖ ਰੁਪਿਆ ਕਿੱਧਰ ਗਿਆ ਬਸਾਮ 35 ਲੱਖ ਤੇ ਅੜ ਗਏ ਸਲੀਮ ਯਾਰ ਚਾਹ ਤੇ ਬਣਵਾ ਯਾਰ ਸਾਰਿਆਂ ਵਾਸਤੇ 10,000 ਸ਼ਾਮ ਬਸ 3:30 ਸਾਮ ਤੋਂ ਲੱਖ ਦੀ ਕਾਰ ਵੇਚਣੀ ਤੁਸੀਂ ਇਸਲਾਮਾਬਾਦ ਇਹ ਗੱਲ ਜ਼ਿਹਨ ਵਿੱਚ ਰੱਖੀ ਇੱਧਰ ਹੀ ਵੇਚ ਲੈਂਗੇ ਕੋਈ ਮਸਲਾ ਨਹੀਂ ਗਾੜੀ ਅੱਛੀ ਹੈ ਬਜੇ ਰੋਜ਼ੀ ਵਾਲੀ ਗਾੜੀ ਹੈ ਇਨਕੇ ਯੇ ਕਾਮ ਨਹੀਂ ਹੈ ਗਾੜੀਆਂ ਵੇਚਣਾ ਯੇ ਘਰੇਲੂ ਗਾੜੀ ਯੇ 40 ਸੇ ਕਾਮ ਨਹੀਂ ਦੇਤੇ ਤੁਮਕੋ ਪੈਸੋ ਕੀ ਜ਼ਰੂਰਤ ਤਬ ਯੇ ਦੋ ਗਾੜੀਆਂ ਦੇ ਦੇ ਇੱਕ ਦੇ ਦਿੱਤੀ ਇੱਕ ਲੈ ਲਈ ਭਾਈ ਪੱਕੀ 19 ਮਾਡਲ ਦਾ ਰੇਟ ਤੇ ਚੈੱਕ ਕਰੋ 48 ਲੱਖ ਰੁਪਏ ਰੇਟ ਹੈ ਗੱਡੀਆਂ ਦਾ ਆਟੋ ਗੇਅਰ ਵਾਲੀ ਹੈ ਨਹੀਂ ਮੈਨੇ ਕਿਆ ਬਾਤ ਕਰਨੀ ਆਪ ਭਾਈ ਹੈ ਆਪ ਖੁਦ ਬਾਤ ਕਰੇ ਬਤਾਏ ਮੈਨੇ ਤੋ ਰਿਕੁਐਸਟ ਕਰਨੀ ਹੈ ਇਨਸੇ ਇਸ ਉੱਪਰ ਨਹੀਂ 33.5 ਲੱਖ ਹਾਂਜੀ ਦੇ ਦਿਓ ਖੜੀ ਕਰਕੇ 2 ਮਹੀਨੇ ਖਿਲਾਰਨ ਦਾ ਕੀ ਮੇਰੇ ਕੋਲ ਜਾਇਜ਼ ਕੋਈ ਨਹੀਂ ਹਰ ਬੰਦਾ ਜਿਹੜੀ ਗੱਡੀ 24 ਲੱਖ ਦੀ 22 ਲੱਖ ਦੀ ਵਿਕੀ ਹੈ ਜਿਹੜੀ ਗੱਡੀ 20 ਲੱਖ ਦੀ ਉਹ 18 ਲੱਖ ਦੀ ਵਿਕੀ ਹੈ 36 ਲੱਖ ਦੀ ਤੁਸੀਂ ਆਪਣੇ ਮੂੰਹ ਆਖ ਰਹੇ ਹੋ 36 ਲੱਖ ਦੀ ਜਾਣੀ ਚਾਹੀਦੀ ਹੈ ਦਿੱਤੀ ਨਹੀਂ ਲਿਆਨਾ ਇਹੋ ਜੀ ਲਿਆਨਾ 11 ਲੱਖ ਦੀ ਵੀ ਨਹੀਂ ਲੱਭਦੀ ਇਸ ਟਾਈਮ ਮਾਰਕੀਟ ਠੰਡੀ ਹੈ ਤੇ ਦਿੱਤੀ ਜੇ ਨਾ ਅਗਲੇ 3 ਜੁਮੇ ਪਹਿਲੇ ਮੇਰੇ ਕੋਲ ਇਹਦੇ ਨਾਲ ਦੀ ਲੈਣਾ ਆਈ ਸੀ ਮੈਂ 11 ਲੱਖ ਰੁਪਿਆ ਉਸ ਬੰਦੇ ਨੂੰ ਲਾਇਆ ਉਹ ਸਹੀ ਸਾਨੂੰ ਨਾ ਗੱਡੀ ਨਹੀਂ ਦਿੱਤੀ ਗੱਲ ਗਾਹਕ ਦੀ ਮਤਲਬ
ਜੇ ਸਮਝ ਆਉਂਦੀ ਹੈ ਪੌਣੇ 34 ਦੀ ਗੱਡੀ ਡਨ ਕਰੋ ਯਾਰ ਨਹੀਂ ਭਾਈ ਪੌਣੇ 34 ਦੀ ਗੱਡੀ ਡਨ ਕਰੋ ਯਾਰ ਫਿਰ ਨਹੀਂ ਨਹੀਂ ਭਾਈ ਮੱਖਾ ਹੋ ਯਾਰ ਨਹੀਂ ਨਹੀਂ ਪੌਣੇ 34 ਦੀ ਡਨ ਕਰੋ ਮੰਡੇ ਨੂੰ ਪੇਮੈਂਟ ਹੋ ਜਾਏਗੀ ਜੀ ਪੇਮੈਂਟ ਦਾ ਕੋਈ ਗੱਡੀ ਨਹੀਂ ਭਾਈ ਨੁਕਸਾਨ ਪੌਣੇ 34 ਦੀ ਡਨ ਕਰੋ ਨਹੀਂ 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 ਭਾਈ ਨਹੀਂ ਨਹੀਂ ਭਾਈ ਨਹੀਂ 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 ਸੋਚ ਲੈ ਯਕੀਨ ਕਰੋ ਨਹੀਂ ਭਾਈ ਭਾਈ ਨੁਕਸਾਨ ਤੁਹਾਨੂੰ ਪਤਾ ਹੈ ਗੱਡੀ ਕਿੰਨੀ ਦੀ ਮਾਰਕੀਟ ਜਿੰਨੀ ਵੀ ਠੰਡੀ ਹੋਵੇ ਲੱਖ ਦੋ ਦਾ ਫਰਕ ਹੈ ਨਾ ਤੁਹਾਡੇ ਨਾਲ ਕਿ ਥੋੜ੍ਹਾ ਨੁਕਸਾਨ ਕਰ ਰਿਹਾ ਇੰਨੇ ਦੀ ਕਿੱਥੇ ਲੱਭਦੀ ਹੈ 42-44 ਲੱਖ ਲੋਕ ਮੰਗਦੇ ਮੈਂ ਆਪ ਮੇਰਾ ਤਾਂ ਫਿਰ ਉਹਨੂੰ ਕਿ ਗਲਾ ਕਾਟ ਰਹਾ ਹੂੰ ਉਹ ਤਾਂ ਫਿਰ ਆਪ ਖੁਸ਼ ਹੋ ਰਹੇ ਹੋ ਇਸ ਬਾਤ ਪੇ ਹੈ ਆਪਕੋ ਇਤਨਾ ਤਾਂ ਪਤਾ ਹੋਣਾ ਚਾਹੀਏ ਕਿ 19 ਮਾਡਲ ਮਾਰਕੀਟ ਕਿਆ ਹੈ ਗਾੜੀ ਕੀ ਇਸ ਟਾਈਮ ਕਿਆ ਰੇਟ ਚੱਲ ਰਿਹਾ 19 ਮਾਡਲ ਦਾ ਬੋਲੇ ਯਕੀਨ ਕਰੋ ਤੇ ਅਗਰ ਨਾ ਗੱਡੀ ਵਿਕੀ ਸਾਨੂੰ ਤੁਹਾਨੂੰ ਵੀ ਪਤਾ ਮਤਲਬ ਇਹ ਹੁਣ ਹਵਾ ਲਾ ਲਿਆ ਬਾਈ ਦੀ ਗੱਡੀ ਯਕੀਨ ਕਰੋ ਨੁਕਸਾਨ ਹੈ ਅੱਗੇ ਕਿਸ ਮੈਂ ਲਿਆ ਨੁਕਸਾਨ ਵੀ ਸਾਨੂੰ ਪਤਾ ਹੈ ਪੂਰੇ 34 ਲੱਖ ਰੁਪਏ ਦੀ ਜਿਹੜਾ ਦਿਲ ਕਰਦਾ ਰੱਖ ਲਓ ਜੇ ਕੋਈ ਨੀ ਰੱਖੇਗਾ ਤਾਂ ਮੈਂ ਰੱਖ ਲਾਂਗਾ 34 ਲੱਖ ਰੁਪਏ ਦੀ ਗੱਡੀ ਦੇ ਦਿਓ ਪਕਾਓ ਕੀ ਹੋ ਗਿਆ ਕੁੜੀਆਂ ਦੇ ਸਾਰੇ ਨਾ ਕਰਾ ਨਹੀਂ ਨਹੀਂ ਦੱਸੋ ਭਾਈ 35 ਲੱਖ ਰੁਪਏ ਦੱਸੋ ਭਾਜ ਗੱਡੀ ਨਹੀਂ ਨਹੀਂ ਮਨ ਨਹੀਂ ਬੰਦੇ ਕੋਈ ਨਹੀਂ ਖੁਦਰਾ ਲਾਂਗੇ ਕੱਪੜੋਂ ਲੈ ਕੇ ਦੇਖੀਏ ਅਗਰ ਤੈਨੂੰ ਖੜਾ ਕਰ ਦੇ ਮੈਂ ਦੋ ਲਈ ਵੇਚ ਦਿੰਦਾ 34 ਲੱਖ ਰੁਪਿਆ ਬੋਲੋ 35 ਲੱਖ ਰੁਪਿਆ ਬਾਈ ਹੁਣ ਅਸੀਂ ਕਸਮ ਕਸਮ ਤੋੜ ਦਿੱਤੀ ਫੋਨ ਤੇ ਤੁਹਾਡੀ ਮੇਰੀ ਕਿੰਨੀ ਵਾਰੀ ਤੀਸਰਾ ਮਹੀਨਾ ਗੱਡੀ ਨਹੀਂ ਦਿੱਤੀ ਉਹ ਗਾਹਕ ਨਹੀਂ ਆ ਯਾਰ ਬਾਈ ਮੰਨ ਜੋ ਮੈਨੂੰ ਕੋਈ ਨਹੀਂ ਮੈਂ ਇੱਕ ਲੈ ਲਈ ਹੈ ਯਕੀ ਗੱਡੀਆਂ ਦਾ ਪੈਸਿਆਂ ਦਾ ਵੀ ਨਹੀਂ ਰੋਂਦਾ ਮੇਰੀ ਨਾ ਵਿਕੇ ਬੇਸ਼ੱਕ 2 ਮਹੀਨੇ ਬਾਈ ਨੂੰ ਪਤਾ ਮੇਰਾ ਲਿਆਨਾ ਬਾਈ ਕਸਮ ਆਖਿਆ ਤਾਂ ਮੈਂ ਦਿੱਤੀ ਇਹਨੂੰ ਖੜੀ ਕਰ ਦੇ ਬੇਟਾ ਮੈਂ ਠੀਕ ਹੈ ਤੋੜ 35 ਦੀ ਦੇ ਦੇਗਾ ਨਾ 35 ਦੀ ਦੇ ਦੇਗਾ 35 ਨਹੀਂ ਚਾਬੀ ਦੇ ਦਿਓ ਬਾਈ ਸੀਲ ਪੈ ਕੇ ਜੀ ਚੈੱਕ ਕਰ ਦੋ 2 ਪੀਸਾਂ ਦੀ ਆਵਾਜ਼ ਹੈ ਬਾਕੀ ਟੋਟਲ ਜੈਨੀਆਂ ਨੇ ਤੁਸੀਂ ਬੈਠੋ ਗੱਡੀ ਦੇ ਵਿੱਚ ਦੱਸ ਨਾ ਕਰ ਲਈਏ 10 ਮਾਡਲ ਨਹੀਂ ਉਹ 16 ਮਾਡਲ ਪਿੱਛੇ ਮੈਂ ਤੁਹਾਡੇ ਸਾਰੇ ਮਸਲੇ ਪਾ ਦਿੱਤੇ ਤੇਰਾ ਸਬਰ ਕਰ ਚਾਹ ਪੀ ਹੋ ਬੈਠ ਕੇ ਏਸੀ ਵਾਲੇ ਕਮਰੇ 'ਚ ਬਹੁਤ ਜ਼ਿਆਦਾ ਇਹ ਬਸ 5-6 ਗੱਡੀਆਂ ਰਹਿ ਗਈਆਂ ਸਬਰ ਕਰਦਾ
ਗੱਡੀ ਖਲੋਤੀ ਹੈ। ਚਾਹ ਦਾ ਪਤਾ ਕਰੋ ਪੱਕੀ ਨਹੀਂ। ਭਾਜਨ ਇੱਕ ਮਿੰਟ ਜ਼ਰਾ ਗੱਡੀ ਨੂੰ ਰੱਖੋ ਉੱਤੇ, ਇਹ ਦੋ ਗੱਡੀਆਂ ਕੱਢ ਲੈਣ ਦਿਓ, ਫਿਰ ਆਰਾਮ ਨਾਲ ਕਰਦੇ ਆ। ਉੱਥੇ ਹੀ ਰੱਖ ਪਿੱਛੇ ਬੇਟਾ, ਉੱਥੇ ਸਿੱਧੀ ਪਿੱਛੇ ਲਾ। ਕਿਹਦੀ ਹੈ ਗੱਡੀ ਜੀ, ਮਾਡਲ ਕਿਹੜਾ ਜੀ? 91 ਮਾਡਲ। ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ, ਫਾਈਲ ਗੱਡੀ ਦੇ ਨਾਲ, ਪੈਸੇ ਦੱਸੋ ਇਹਦੇ। 4.5 91 ਮਾਡਲ ਦਾ ਕੀ ਖਾਸੀਅਤ ਇਹਦੇ ਜੀ? ਪਾਣੀ ਤੇ ਚਲਦੀ ਹੈ, ਪੈਸੇ ਪੁੱਤਰ ਜਾਇਜ਼ ਮੰਨ। 4.5 ਲੱਖ ਰੁਪਿਆ 91 ਮਾਡਲ ਦੀ ਖਰਚਾ। ਛੱਤ ਬੋਨਟ ਡਿੱਗੀ ਕਹਿੰਦਾ ਜੀ, ਜੈਨੂਅਨ ਹੈ, ਖੋਲ ਕੇ ਚੈੱਕ ਕਰੋ ਗੱਡੀ ਜੀ। 4.5 ਲੱਖ ਰੁਪਿਆ ਆਫਰ ਸੋਚ ਸਮਝ ਕੇ ਲਗਾਉਣੀ ਹੈ ਗਾੜੀ। 70,000 ਰੁਪਿਆ, 80,000 ਰੁਪਿਆ, 1,00,000 ਜੀ, 1.5 ਲੱਖ ਰੁਪਿਆ ਜੀ, 1.5 ਲੱਖ ਰੁਪਿਆ, 70,000 ਰੁਪਿਆ ਜੀ, 2,00,000 ਰੁਪਿਆ ਜੀ, 2,10,000 ਰੁਪਿਆ, 2,10,000 ਰੁਪਿਆ ਜੀ, 2,10 ਜੀ, 2,10 ਜੀ, 2,20 ਜੀ, 2,20 ਜੀ, 2,20 ਜੀ, 2,20 ਜੀ, 2,30 ਜੀ, ਗੋਦਨ ਸਾਹਿਬ ਦਾ 2,30 ਜੀ, 2,30 ਜੀ, 2,30 ਜੀ, ਹਾਂਜੀ 2,30,000 ਰੁਪਿਆ ਜੀ, 2,30 ਜੀ, 2,30, 2,30, 2,30, 2,30,000 ਰੁਪਿਆ ਜੀ। ਹੈ ਕੋਈ 2,30 ਤੋਂ ਉੱਤੇ ਦਾ ਜੀ? ₹275 ਨਹੀਂ ਆ ਕੋਈ 2,75 ਤੋਂ ਉੱਤੇ ਦਾ ਜੀ? 2,75 ਇੱਕ ਜੀ, 2 ਜੀ, 3 ਜੀ। ਬੇਟਾ ਉਧਰ ਗਾੜੀ ਸਾਈਡ ਤੇ ਲਗਾ ਕੇ ਨਾ ਨੰਬਰ ਅੰਦਰ ਲਗਾ। ਚਲੋ ਕਾਰ 2-3 ਟਿਸ਼ੂ ਤੋਂ ਫੜੀਆਂ। 60 ਤੋਂ ਉੱਤੇ ਦਾ ਜੀ, ਗੱਡੀ ਚੈੱਕ ਕਰ। 960 ਜੀ, 8 ਮਾਡਲ ਦੀ ਐਕਸਲ ਆਈ, 9,60,000 ਰੁਪਏ। ਹਾਂਜੀ 960 ਜੀ, ਕਿੰਨੇ ਕੀ ਚਾਹੀਦੇ ਜੀ? ਬੜੇ ਪੈਸੇ ਲੱਗਦਾ।
ਅੱਲਾ ਖੈਰ ਕਰਦੇ ਇਨਸ਼ਾਅੱਲਾ ਕੋਸ਼ਿਸ਼ ਕਰਦੇ ਆ ਕਿ ਤਬਾਦਲਾ ਵੀ ਕਰ ਲੋਗੇ ਕੈਸਾ ਨਹੀਂ ਹੈ ਜੀ ਚਲੋ ਅੱਲਾ ਖੈਰ ਤਸਵੀਰਾਂ ਸੈਂਡ ਕਰ ਦਿਓ ਕਿਹੜਾ ਮਾਡਲ ਹੈ ਜੀ 97 ਮਾਡਲ ਹਾਏ ਹਾਏ ਪੈਸੇ 6.5 ਲੱਖ ਰੁਪਇਆ 97 ਮਾਡਲ ਦੀ ਮਰਗਲ ਆ 6.5 ਲੱਖ ਰੁਪਇਆ ਜੀ 6.5 ਲੱਖ ਰੁਪਇਆ ਆਫਰ ਲਾਓ ਗੱਡੀ ਨੂੰ ਅੱਛਾ ਜੀ ਆਫਰ ਲਾਓ ਗੱਡੀ ਨੂੰ ਜੀ 3.5 ਲੱਖ ਰੁਪਇਆ ਜੀ 3.5 ਲੱਖ ਮਾਡਲ ਦੀ ਗੱਡੀ ਅਤੇ 6 ਲੱਖ ਰੁਪਇਆ ਅਤੇ 3 ਲੱਖ ਰੁਪਇਆ ਬੈਂਕ ਕਲੀਅਰ ਇਸ ਨੂੰ ਫਾਈਲ ਜਾ ਦਿੰਦੇ ਆਪਣੇ ਨਾਮ 6.5 ਰੁਪਇਆ ਜੀ 6.5 ਲੱਖ ਰੁਪਇਆ 3.5 ਲੱਖ ਰੁਪਇਆ 3,60,000 ਰੁਪਇਆ ਜੀ 3,60 ਜੀ 3,60 ਜੀ 3,60 ਜੀ ਹਾਂਜੀ 3,60 ਜੀ 3,60 ਜੀ 3,60 ਜੀ ਮੈਂ ਕੋਈ 3,60 ਤੋਂ ਦੇਦਾ ਜੀ 3,60,000 ਰੁਪਇਆ 3,60,000 ਰੁਪਇਆ 3,70,000 ਰੁਪਇਆ 3,70,000 ਰੁਪਇਆ 3,70 ਜੀ 3,70 ਜੀ 3,70 ਜੀ 3,80 ਜੀ 3,80 ਜੀ 83 ਜੀ ਕਿੰਨੇ ਦੇਣੇ ਜੀ ਕਹਿੰਦਾ ਜੀ 5.5 ਲੱਖ ਦੀ ਗੱਡੀ ਦੇ ਦਾਂਗਾ 5.5 ਲੱਖ ਰੁਪਇਆ 4 ਲੱਖ ਰੁਪਇਆ ਜੀ 4 ਲੱਖ ਰੁਪਇਆ 96 ਮਾਡਲ ਦੀ ਮਾਰਕਲ ਆ ਅੰਦਰੋਂ ਸਾਰੀ ਜੈਨੂਅਲ ਇੱਥੇ ਚੱਲੋ 4 ਲੱਖ ਰੁਪਇਆ 4 ਲੱਖ ਰੁਪਇਆ ਅਤੇ 5.5 ਲੱਖ ਰੁਪਇਆ 4 ਲੱਖ ਰੁਪਇਆ 4 ਲੱਖ ਰੁਪਇਆ ਅਤੇ 5.5 ਲੱਖ ਰੁਪਇਆ ਜੀ 5.5 ਲੱਖ ਰੁਪਇਆ
ਏਸੀ ਚਾਲੂ ਜੀ, ਅੰਦਰੋਂ ਸਾਰੀ ਜੈਨਵਾ ਜੀ, 4 ਲੱਖ ਰੁਪਇਆ, ਸਵਾ 4 ਲੱਖ ਰੁਪਇਆ ਭਾਈ, ਸਵਾ 4 ਲੱਖ ਰੁਪਇਆ, ਬੋਲੋ, 4.5 ਲੱਖ ਰੁਪਇਆ, ਨਹੀਂ ਜੀ, ਇਹ ਕੋਈ 4.5 ਲੱਖ ਤੋਂ ਤੇਰਾ ਜੀ, 4.5 ਲੱਖ ਰੁਪਇਆ, 4.5 ਲੱਖ ਰੁਪਇਆ, 4.5 ਲੱਖ ਰੁਪਇਆ, ਲੋਕ ਲੈਣ ਲੈ ਕੇ ਆ, 4.5 ਲੱਖ ਰੁਪਇਆ, ਨਜ਼ਰ ਕੋਈ ਨੀ ਆਇਆ ਤਾਂ ਇਹ ਫੋਨ ਕਰ ਰਿਹਾ ਸਰ, ਮੈਂ ਪਿਕ ਨਹੀਂ ਕੀਤਾ, ਮੈਂ ਪਤਾ ਨਹੀਂ ਕਿਹਾ ਹਾਂ, ਰਿਕਾਰਡਿੰਗ ਵਿੱਚ ਸੀ ਕੈਮਰਾ, ਫੋਨ ਨਹੀਂ ਕਰਦਾ ਤਾਂ ਇਹ ਇਕੱਲੇ ਫਸੇ ਹੋ।